ਦਾ ਐਨਲਾਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਐਸਜੀਪੀਸੀ ਦੇ ਪ੍ਰਧਾਨ ਗੋਵਿੰਦ ਲਾਗੋਵਾਲ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹਨਾਂ ਨੇ ਸਿਰੇ ਪ੍ਰਬੰਧ ਵਿੱਚ ਹਾਲੇ ਤੱਕ ਐਸਜੀਪੀਸੀ ਤੋਂ ਕੋਈ ਮੁਲਾਕਾਤ ਨਹੀਂ ਕੀਤੀ। ਲੌਂਗੋਵਾਲ ਦੇ ਇਹਨਾਂ ਬਿਆਨਾਂ ਤੇ ਹੀ ਸੁਲਤਾਨਪੁਰ ਦੇ ਕਾਂਗਰਸੀ ਨੇਤਾ ਨਵਤੇਜ ਸਿੰਘ ਚੀਮਾ ਨੇ ਕਿਹਾ ਹੈ ਕਿ ਲੌਂਗੋਵਾਲ ਦੇ ਇਹਨਾਂ ਬਿਆਨਾਂ ਵਿੱਚ ਕੋਈ ਦਮ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਉਹਨਾਂ ਨੂੰ ਕਈ ਵਾਰ ਪ੍ਰਬੰਧਕ ਮੀਟਿੰਗ ਵਿੱਚ ਸੱਦਾ ਦਿੱਤਾ ਪਰ ਉਹ ਖੁਦ ਨਹੀਂ ਪਹੁੰਚੇ। ਅਤੇ ਦੂਜੇ ਪਾਸੇ ਉਹਨਾਂ ਨੇ ਲੌਂਗੋਵਾਲ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਐਸਜੀਪੀਸੀ ਸੁਲਤਾਨਪੁਰ ਦੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧਕ ਹੈ ਤੇ ਉਹ ਸਾਨੂੰ ਦੱਸੇ ਕਿ ਉਸਨੇ ਸੁਲਤਾਨਪੁਰ ਲਈ ਕੀ ਖਾਸ ਕੀਤਾ ਹੈ। ਤੇ ਇਸ ਦੇ ਨਾਲ ਹੀ ਉਹਨਾਂ ਨੇ ਸ਼ਿਲਾਂਗ ਮਾਮਲੇ ਵਿੱਚ ਕਿਹਾ ਕਿ ਸ਼ਿਲਾਂਗ ਵਿੱਚ ਸਾਰਾ ਕੁਝ ਠੀਕ ਹੈ ਤੇ ਕੁਝ ਸ਼ਰਾਰਤੀ ਅਨਸਰਾਂ ਨੇ ਗਲਤ ਵੀਡੀਓ ਪਾ ਕੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਸੀ। ਅਸੀਂ ਤੇ ਜਦੋਂ ਵੀ ਮੀਟਿੰਗ ਹੁੰਦੀ ਹੈ ਹਰ ਵਾਰੀ ਮੈਸੇਜ ਭੇਜੀਦਾ ਇਹਨਾਂ ਨੂੰ ਜੀਐਨ ਵਿੱਚ ਆਉਣ ਔਰ ਫਿਰ ਦੁਬਾਰਾ ਇਹਨਾਂ ਨਾਲ ਰਾਬਤਾ ਕਰਾਂਗੇ। ਇਹ ਸੁਲਤਾਨਪੁਰ ਲੋਧੀ ਵਿੱਚ ਇਕੱਲਾ ਆ ਕੇ ਜਿਹੜੇ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਕਰ ਰਹੇ ਆ ਉਹਨਾਂ ਦੇ ਕੰਮਾਂ ਨੂੰ ਆਪਣੇ ਕੰਮ ਦੱਸ ਕੇ ਨਹੀਂ ਗੱਲ ਬਣਨੀ। ਐਸਜੀਪੀਸੀ ਵੀ ਇੱਕ ਐਡਾ ਵੱਡਾ ਅਦਾਰਾ ਆ ਜਿਹਦੇ ਵਿੱਚ ਉਹ ਆਪਣਾ ਹੌਸਪੀਟਲ ਬਣਾ ਸਕਦੇ ਆ, ਆਪਣਾ ਕੋਈ ਪਾਰਕਿੰਗ, ਕਾਲਜ ਔਰ ਹੋਰ ਬਹੁਤ ਪ੍ਰਬੰਧ ਕਰ ਸਕਦੇ ਆ। ਜਿਹੜਾ ਕਿ ਸੁਲਤਾਨਪੁਰ ਲੋਧੀ ਐਡਾ ਇਤਿਹਾਸਿਕ ਸ਼ਹਿਰ ਆ, ਗੁਰੂ ਨਾਨਕ ਸਾਹਿਬ ਦੀ ਨਗਰੀ ਆ, ਅੱਜ ਤੱਕ ਮੈਨੂੰ ਦੱਸੋ ਐਸਜੀਪੀਸੀ ਇੱਥੋਂ ਗੋਲਕਾਂ ਭਰ ਕੇ ਲੈ ਕੇ ਜਾਂਦੀ ਆ। ਇਹਨਾਂ ਨੇ ਕੋਈ ਇੱਕ ਰੁਪਈਆ ਕਿਤੇ ਲਾਇਆ, ਕੋਈ ਕਾਲਜ, ਸਕੂਲ, ਕੋਈ ਹੌਸਪੀਟਲ 'ਤੇ ਕਿਸੇ ਬੰਨੇ ਕੋਈ ਇਹਨਾਂ ਨੇ ਪੈਸਾ ਖਰਚਿਆ, ਸਿਰਫ ਸੁਲਤਾਨਪੁਰ ਲੋਧੀ ਤੋਂ ਗੋਲਕਾਂ ਲਿਜਾਣ ਤੱਕ ਇਹਨਾਂ ਨੇ ਸੀਮਿਤ ਰਹੇ। ਅਪੀਲ ਵੀ ਕਰਦੇ ਹਾਂ ਔਰ ਦੂਸਰਾ ਇਹਨਾਂ ਕੋਲ ਅਸੀਂ ਜਾਵਾਂਗੇ ਵੀ ਔਰ ਸਾਰਿਆਂ ਨੂੰ ਚਾਹੇ ਐਸਜੀਪੀਸੀ ਹੋਵੇ ਚਾਹੇ ਸੰਤ ਮਹਾਂਪੁਰਸ਼ ਹੋਣ ਸਾਰਿਆਂ ਨੂੰ ਨਾਲ ਲੈ ਕੇ ਇਹਦਾ ਸਮਾਗਮ ਮਨਾਇਆ ਜਾਊਗਾ। ਕਿਸੇ ਇੱਕ ਪਾਰਟੀ ਦੇ ਇੱਕ ਬੰਦੇ ਦਾ ਪ੍ਰੋਗਰਾਮ ਸਮਾਗਮ ਨਹੀਂ ਗਾ, ਇਹ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਸਮਾਗਮ ਆ। ਇਹ ਸਾਰਿਆਂ ਨੂੰ ਆਪਣੇ ਆਪ ਹੀ ਚਾਹੀਦਾ ਰਲ ਕੇ ਸਮਾਗਮ ਜਿਹੜਾ ਆ ਉਹ ਮਨਾਈਏ ਔਰ ਇਹਨੂੰ ਕਾਮਯਾਬ ਕਰੀਏ। ਜਿਹੜੇ ਸ਼ਿਲੌਂਗ ਦੀ ਗੱਲ ਕੀਤੀ ਆ ਉਹ ਜੋ ਅਸੀਂ ਆਪਣੀ ਟੀਮ ਤੋਂ ਪਤਾ ਕੀਤਾ ਆ ਉਹ ਹਾਲਾਤ ਇੰਨੇ ਮਾੜੇ ਹੈ ਨਹੀਂ ਸੀ ਜਿੰਨੇ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਗਲਤ ਵੀਡੀਓ ਆਪਾਂ ਅਪਲੋਡ ਕਰਕੇ ਪੁਰਾਣੇ ਸਮੇਂ ਦੀਆਂ ਕਿਸੇ ਹੋਰ ਜਗ੍ਹਾ ਦੀ ਵੀਡੀਓ ਅਪਲੋਡ ਕਰਕੇ ਉਹ ਕੀਤਾ ਆ। ਉਹ ਤਾਂ ਸਿਰਫ ਇੱਕ ਮੈਂ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਵੀ ਇਹੋ ਜਿਹੇ ਜਿਹੜੇ ਸੋਸ਼ਲ ਮੀਡੀਆ 'ਤੇ ਗਲਤ ਵੀਡੀਓ ਅਪਲੋਡ ਕਰਦੇ ਜਾਂ ਆਉਂਦੇ ਉਹਨਾਂ ਨੂੰ ਪਹਿਲਾਂ ਚੈੱਕ ਕਰਕੇ ਫਿਰ ਉੱਤੇ ਰਿਐਕਸ਼ਨ ਕਰਨਾ ਚਾਹੀਦਾ। ਉਹ ਹਾਲਾਤ ਮਾੜੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜਾ ਹੋਇਆ, ਬਾਕੀ ਇੰਨੇ ਮਾੜੇ ਹਾਲਾਤ ਹੈ ਨਹੀਂ ਹੁਣ, ਬਿਲਕੁਲ ਉਹ ਠੀਕ ਹੈ ਔਰ ਗੌਰਮੈਂਟ ਜਿਹੜੀ ਉਹ ਠੀਕ ਕਰ ਰਹੀ ਹੈ। ਅੰਤ ਵਿੱਚ ਉਹਨਾਂ ਦੇ ਐਸਜੀਪੀਸੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਜ਼ਰੂਰ ਪਹੁੰਚਣ ਕਿਉਂਕਿ ਇਹ ਸਾਰਿਆਂ ਦਾ ਸਾਂਝਾ ਤਿਉਹਾਰ ਹੈ। ਬਿਊਰੋ ਰਿਪੋਰਟ ਦਾ ਐਨ ਆਰ ਆਈ।